بسم اللہ الرحمن الرحیم، السلام علیکم۔ میرا نام عامر ہے، تسی اپنا یوٹیوب چینل عامر وقاص آفیشیل تکن اگے ہو۔ امید کرنا سارے بھن بھرا ٹھیک ٹھاک ہو سو۔ اللہ کے میری دعا ہے کہ اللہ تعالیٰ تساں کی ڈیروں خوشیاں نصیب فرمائے، اللہ تعالیٰ تساں کی دعائیں جانا چ کامیابیاں عطا فرمائے۔ اس نیک دعا نال اج نی ویڈیو نا آغاز کرنے۔ وادی کشمیر جنت نذیر، ہاں جی اے ہے تساں تے میرا آزاد کشمیر۔ اج میں آزاد کشمیر نا سفر شروع کیتے آ، سردیاں بھی شروع ہو گئی نا، اج جناب اس ایریے چ میں موجود ہاں۔ تساں کی سر سبز بڑے بڑے پہاڑ نظر آ رہے ہونگے، مزید اگے جا کے میں تساں کی اج دسنا ایتھے دیاں خوبصورت خوبصورت جگہ۔ اس ٹائم میں تقریباً پمبر تو سماہنی طرف جڑی روڈ جانی ہے 6-7 کلو میٹر اگے ایک پیل جگہ کا نام ہے، اس جگہ تو موجود ہاں۔ تو مزید اگے جا کے تساں کی اور جڑے خوبصورت خوبصورت ایریے نا انہاں نا ویو تساں کی دینا۔ اس ایریے دی ویڈیو میں اج تساں واسطے بنا کے آن ساں، اس تو علاوہ کوئی ڈرون نے فوٹیج بھی ویڈیو شامل کراں گا۔ امید کرسا تساں کی اج دی میری ویڈیو بہت پسند آو سی۔ تو میں ایک ریکویسٹ چھوٹی جی، ویڈیو شروع کرنے سے پہلے کہ پلیز میرے چینل کی لازمی سبسکرائب کر دے، کیونکہ اج والی اس ویڈیو چ میں کافی محنت کیتی ہے۔ تو امید کرسا تساں کی انشاءاللہ میری ویڈیو پسند آو سی۔ تو پلیز میرے چینل کی سبسکرائب، ویڈیو کی لائک شیئر اور کمنٹس لازمی کرے۔ تو میرے نال ہی رہو۔
ਜਿਸ ਜਗ੍ਹਾ ਹੁਣ ਅਸੀਂ ਮੌਜੂਦ ਹਾਂ ਇੱਥੋਂ ਇੱਕ ਤਾਂ ਪੋਰਟ ਲੱਗੇ ਆ ਤੁਸੀਂ ਤੱਕਣੇ ਉਹ ਤੱਕਿਆ ਹੋਗਾ ਸਮਾਹਣੀ ਇੱਥੋਂ 11 ਕਿਲੋਮੀਟਰ ਹੈ ਤਾਂ ਇੱਕ ਰੋਡ ਜਾਣੀ ਹੈ ਬਾਬਾ ਸ਼ਾਦੀ ਸ਼ਹੀਦ ਦਰਬਾਰ ਤੈ ਉਹ 2 ਕਿਲੋਮੀਟਰ ਹੈ ਤਾਂ ਕਡਿਆਲਾ ਜਿਹੜਾ ਇਹ ਰੋਡ ਜਾਣੀ ਹੈ ਜਿਹੜੀ ਬਾਬਾ ਸ਼ਾਦੀ ਸ਼ਹੀਦ ਵਾਲੀ ਹੈ ਇਹ ਰੋਡ ਕਡਿਆਲਾ ਵੀ ਜਾਣੀ ਹੈ ਇਹ ਤਕਰੀਬਨ ਇਸ ਜਗ੍ਹਾ ਤੋਂ 8 ਕਿਲੋਮੀਟਰ ਹੈ ਤਾਂ ਅੱਜ ਅਸਾਂ ਜਿਹੜਾ ਸਮਾਹਣੀ ਤੱਕ ਸਫ਼ਰ ਕਰਨਾ ਤਾਂ ਇਸ ਜਗ੍ਹਾ ਤਾਂ ਮੈਂ ਹੁਣ ਅਸੀਂ ਰੁਕੇ ਹਾਂ ਇੱਕ ਤਾਂ ਨਾਲੇ ਥੋੜ੍ਹੀ ਰੈਸਟ ਕਰ ਲਈ ਹੈ ਕਿਉਂਕਿ ਇਸ ਏਰੀਏ 'ਚ ਟੈਂਪਰੇਚਰ ਕਾਫੀ ਘੱਟ ਹੈ ਸਰਦੀ ਕਾਫੀ ਜ਼ਿਆਦਾ ਹੈਗੀ ਤਾਂ ਦੂਸਰੇ ਨੰਬਰ 'ਤੇ ਜਿਹੜੀ ਹੈ ਨਾ ਇਹਨਾਂ ਪਹਾੜਾਂ ਦੀ ਪਹਿਚਾਣ ਚੀੜਾਂ ਸ਼ੁਰੂ ਹੋ ਗਈਆਂ ਨਾ ਤਾਂ ਮੈਂ ਕਿਹਾ ਚਲੋ ਇੱਥੇ ਤੁਸਾਂ ਕੀ ਚੀੜਾਂ ਵਗੈਰਾ ਵੀ ਦੱਸ ਛੁੜੀਏ ਤਾਂ ਅੱਗੇ ਤੁਸੀਂ ਵੀਡੀਓ ਕੇ ਨਾਲ ਇੰਜੋਏ ਕਰੋ ਤਾਂ ਅੱਗੇ ਹੁਣ ਤੁਸਾਂ ਨਾਲ ਮੁਲਾਕਾਤ ਹੋਣੀ ਹੈ ਸਮਾਹਣੀ ਜ਼ਿਲ੍ਹੇ ਮਾਸ਼ਾਅੱਲਾ ਜੀ ਇਸ ਟਾਈਮ ਜੰਡੀ ਚੋਤਰਾ ਬਾਜ਼ਾਰ ਤੋਂ ਥੋੜ੍ਹਾ ਜਿਹਾ ਅੱਗੇ ਅਸੀਂ ਰੁਕੇ ਹਾਂ ਇੱਥੇ ਬੜਾ ਪਿਆਰਾ ਵਿਊ ਸੀ ਤਾਂ ਮੈਂ ਕਿਹਾ ਤੁਸਾਂ ਨਾਲ ਸ਼ੇਅਰ ਕਰੀਏ ਤਾਂ ਉਹ ਸਾਹਮਣਾ ਜਨਾਬ ਬਰਫ਼ ਨੇ ਪਹਾੜ ਤੁਸੀਂ ਨਜ਼ਰ ਆ ਰਹੇ ਨੇ ਇਹ ਇੰਡੀਆ ਨੇ ਕਬਜ਼ੇ 'ਚ ਜਿਹੜਾ ਕਸ਼ਮੀਰ ਹੈ ਨਾ ਇਹ ਉਸਨੇ ਪਹਾੜ ਹਨ ਤਾਂ ਮਜ਼ੀਦ ਜਨਾਬ ਅੱਗੇ ਤੁਸਾਂ ਕੀ ਹੋਰ ਵੀ ਖੂਬਸੂਰਤ ਏਰੀਏ ਦੱਸਣੇ ਆ ਤਾਂ ਮੇਰੇ ਨਾਲ ਹੀ ਰਹੇ
ਅਸੀਂ ਇਸ ਟਾਈਮ ਸਮਾਹਣੀ ਪਹੁੰਚ ਆਏ ਹਾਂ ਤਾਂ ਸਫ਼ਰ ਤਾਂ ਅਜੇ ਸਾਡਾ ਖਤਮ ਨਹੀਂ ਹੋਇਆ ਪਰ ਵੀਡੀਓ ਕਾਫੀ ਲੰਮੀ ਹੋ ਗਈ ਹੈ ਤਾਂ ਮੇਰਾ ਦਿਲ ਹੈ ਕਿ ਇਹ ਵੀਡੀਓ ਇੱਥੇ ਖਤਮ ਕਰੀਏ ਤਾਂ ਇਨਸ਼ਾਅੱਲਾ ਅਗਲੇ ਏਰੀਏ ਜਾਸਾਂ ਤਾਂ ਤੁਸਾਂ ਵਾਸਤੇ ਨਵੀਂ ਵੀਡੀਓ ਲੈ ਕੇ ਆਪਸਾਂ ਤਾਂ ਤਬ ਤੱਕ ਮੈਂ ਇਜਾਜ਼ਤ ਦਿਓ ਅੱਲਾ ਸੋਹਣੇ ਨੇ ਵਾਲਾ ਹੈ।